सरकारी भी मोहर लगी हुई है, ये डुप्लीकेट नहीं हो, ये पीछे नंबर नहीं है, सीरियल नंबर सर अगे नंबर प्लेट कुछ हो रहा है, पिछे नंबर प्लेट कुछ हो रहा है। हाँ जी, हाँ जी, कितना देख दो कि नंबर प्लेट ला के ਨਾਯੁਕ ਸੀ ਪੀ ਸਾਹਿਬ ਦੀਆਂ ਹਦਾਇਤਾਂ 'ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੂਟਰ ਲਾ ਕੇ ਬੁਲਟ ਦੇ ਮੋਟਰਸਾਈਕਲ 'ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦਿਆਂ 'ਤੇ ਉਹਨਾਂ ਦੇ ਖਿਲਾਫ਼ ਜਿਹੜੀ ਅਸੀਂ ਕਾਰਵਾਈ ਜਿਹੜੀ ਆ ਵੱਡੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਚਲਾਨ ਕੀਤੇ ਹੈਗੇ ਅਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਚਲਾਨ ਕਰ ਰਹੀਆਂ ਨੇ। ਜਦੋਂ ਸਰ ਤੁਹਾਡੇ ਵੱਲੋਂ ਇੱਕ ਥਾਰ ਗੱਡੀ ਨੂੰ ਰੋਕਿਆ ਜਾਂਦਾ, ਉਸਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਉਸਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਗਣੀ ਔਰ ਕੋਡ ਨੰਬਰ ਲਗਾਇਆ ਗਿਆ, ਉਹ ਉਸਦਾ ਕੀ ਹੈ? ਤੁਹਾਡੇ ਵੱਲੋਂ ਉਸ ਨੌਜਵਾਨਾਂ ਨੂੰ ਵੀ ਪੁੱਛਿਆ ਗਿਆ ਹੈ? ਬਿਲਕੁਲ, ਉਹ ਜਿਹੜਾ ਗੱਡੀ ਅਸੀਂ ਰੋਕੀ ਗਏ ਸੀ ਉਹਦਾ ਜਿਹੜਾ ਓਨਰ ਸੀਗਾ ਉਹ ਆ ਰਿਹਾ ਹੈਗਾ ਥਾਣੇ, ਅਸੀਂ ਗੱਡੀ ਜਿਹੜੀ ਰਿਟੇਨ ਕਰ ਲਈ ਆਪਦੇ ਕੋਲ ਲੈ ਲਈ ਹੈ ਕਬਜ਼ੇ ਵਿੱਚ, ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ। ਨੰਬਰ ਪਲੇਟ ਉਹਦੀ ਗਲਤ ਸੀਗੀ, ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਹੈ, ਐਂਡ ਉਹਦੀ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਅਤੇ ਭਵਿੱਖ ਦੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਹੁਣ ਵੀ ਅਸੀਂ ਕਾਰ ਇੱਕ ਹੈਗੀ ਉਹ ਵੀ ਬੌਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ, ਸੋ ਅੱਜ ਦੀ ਜਿਹੜੀ ਸਾਡੀ ਮੁਹਿੰਮ ਹੈਗੀ ਹੈ ਲਗਾਤਾਰ ਜਿਹੜੀ ਇਸ ਤਰੀਕੇ ਨਾਲ ਚੱਲ ਰਹੀ ਹੈ। ਮਾਲਟਾਊਨ ਦੇ ਏਰੀਏ 'ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮਾਲਟਾਊਨ ਦੇ ਏਰੀਏ 'ਚ ਬਹੁਤ ਹੂਟਰ 'ਤੇ ਹੈ, ਕਾਲੀ ਫਿਲਮ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ, ਅੱਜ ਅਸੀਂ ਉਹ ਸਾਰੀਆਂ ਉਹਨਾਂ 'ਤੇ ਨੱਥ ਪਾਉਣ ਵਾਸਤੇ ਇੱਥੇ ਸਾਰੀ ਟੀਮ ਜ਼ੋਨ ਇੰਚਾਰਜ, ਚਾਰੇ ਜ਼ੋਨ ਇੰਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸਾਡੀਆਂ ਹੈਗੀਆਂ ਵੱਖ ਵੱਖ ਇਕੱਠੀਆਂ ਕਰਕੇ ਅਸੀਂ ਕੰਮ ਕਰ ਰਹੇ ਹਾਂ। ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ? ਅੱਜ ਵੀ ਕਿਹੜੇ ਟ੍ਰੈਫਿਕ ਦੀਆਂ ਧੱਜੀਆਂ ਉਡਾਉਂਦੇ ਨੇ, ਉਹਨਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਵੱਲੋਂ? ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀਆਂ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਾ ਸਕਦੇ, ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ, ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਉਹ ਨਹੀਂ ਲਗਾ ਸਕਦੇ, ਨਾ ਹੀ ਉਹ ਹੂਟਰ ਲਾ ਸਕਦੇ ਆ। ਐਂਡ ਜੇ ਉਹ ਬੱਚਾ ਉਹਨੇ ਕੋਲ ਲਰਨਰ ਲਾਇਸੈਂਸ ਹੈ ਤਾਂ ਉਹਨਾਂ ਕੋਲ ਗੱਡੀ ਚਲਾ ਰਿਹਾ ਤਾਂ ਉਹ ਅਸੀਂ ਗੱਡੀ ਵੀ ਜਿਹੜੀ ਆ ਬੌਂਦ ਕਰਾਂਗੇ ਔਰ ਉਹਦੇ 'ਤੇ ਜਿਹੜਾ ਅੰਡਰੇਜ ਵਾਲਾ ਅਸੀਂ ਚਲਾਨ ਕੱਟ ਰਹੇ ਹਾਂ। ਆਪਣੇ ਬੱਚਿਆਂ ਨੂੰ ਉਹ ਇਸ ਗੱਲ ਨੂੰ ਸਮਝਾ ਕੇ ਰੱਖਣ ਕਿ ਇਹੋ ਜਿਹੀ ਕੋਈ ਵੀ ਜਿਹੜੀ ਆ ਲਾਅ ਨੂੰ ਬ੍ਰੇਕ ਨਾ ਕੀਤਾ ਜਾਵੇ।